को रखे साइया उसको मार सके ना कोई। एक गल सच साबित होंदी है पिंड श्री वाला हलका गुरु साहिब गल करते हैं। इस पिंड दे विच जिहड़ा हैगा बीते कल जिहड़ी हैगी सी तेज हनेरी ते आसमानी बिजली डिगन दे कारण जिहड़ा हैगा किसानां दा इत्थे वड्डा नुकसान होणों बच गया, माली नुकसान होणों बच गया। मेरे बिल्कुल पिछे आपां देख सकते हैं ये बकैन हैगी है, निम दा दरख्त हैगा जिस ते आसमानी बिजली डिगी सी, बिल्कुल हरा दरख्त सी जिहड़ा हुण ये बिल्कुल सुक चुक्या हैगा। ਇੱਦਾਂ ਹੋ ਗਿਆ ਜਿਵੇਂ ਇਹਨੂੰ ਅੱਗ ਦੇ ਵਿੱਚ ਬਾਲਿਆ ਗਿਆ ਹੈਗਾ। ਸਾਡੇ ਨਾਲ ਇਸ ਜਿਹੜੇ ਹੈਗੇ ਆ ਕਿਸਾਨ ਨੇ ਜਿਨ੍ਹਾਂ ਦੇ ਖੇਤ ਦੇ ਵਿੱਚ ਜਿਨ੍ਹਾਂ ਦੇ ਬਿਲਕੁਲ ਨਾਲ ਮਕਾਨ ਨੇ ਖੇਤਾਂ ਦੇ ਵਿੱਚ ਬੈਠੇ ਹੈਗੇ ਕਿਸਾਨ, ਇਹਨਾਂ ਦੇ ਨਾਲ ਦ੍ਰਿਸ਼ ਵਾਪਰਿਆ ਹੈਗਾ। ਬਾਈ ਜੀ ਕਿੱਦਾਂ ਦਾ ਇਹ ਜਿਹੜਾ ਹੈਗਾ ਸੀ ਜਿਸ ਸਮੇਂ ਇਹ ਹੋਇਆ ਤੁਸੀਂ ਲਾਗੇ ਸੀ? ਹਾਂਜੀ ਸਾਡੇ ਬੇਟੇ ਇੱਥੇ ਕੰਮ ਕਰ ਰਹੇ ਤੂੜੀ ਦਾ, ਮੈਂ ਘਰੇ ਸੀਗਾ ਨਾਲ ਹੀ ਘਰ ਆ 25 ਗਰਮਾਂ ਦੇ, ਅਤੇ ਬਹੁਤ ਭੈੜਾ ਦ੍ਰਿਸ਼ ਸੀਗਾ ਜੀ। ਉਹਨਾਂ ਨੇ ਇੱਥੋਂ ਭੱਜ ਕੇ ਜਾਨ ਬਚਾਈ ਹੈ। ਕੀ ਬੱਚੇ ਇੱਥੇ ਕੀ ਕੰਮ ਕਰ ਰਹੇ ਸੀ? ਜਦੋਂ ਇਹ ਘਟਨਾ ਵਾਪਰੀ ਆ ਤੁਸੀਂ ਇੱਥੇ ਮੌਜੂਦ ਸੀ ਕਿ ਘਰ ਸੀ, ਕਿੱਦਾਂ ਸੀ? ਮੈਂ ਘਰ ਸੀਗਾ ਜੀ, ਬੇਟੇ ਦੋ ਇੱਥੇ ਸੀਗੇ। ਤੇ ਤੁਹਾਡੇ ਕਹਿਣ ਮੁਤਾਬਕ ਕਿੰਨਾ ਕੁ ਪੰਧ ਜਿਹੜਾ ਹੈਗਾ ਦੂਰ, ਕਿੰਨੀ ਦੂਰ ਤੱਕ ਹੈਗਾ ਜਿਹੜਾ ਇਹ ਖਿੱਲਰ ਕੇ ਜਾ ਚੁੱਕੇ? ਇਹ 1.5 ਕਿੱਲੇ ਤੱਕ ਗਏ ਆ ਜੀ ਛੋਡੇ, 1.5 ਕਿੱਲੇ ਤੱਕ ਜਿਹੜਾ ਹੈਗਾ ਖਲਾਰਾ ਪਿਆ ਹੈਗਾ, ਪੀਸ ਬਣ ਕੇ ਬਾਹਰ ਖਲਾਰੇ। ਕੋਈ ਜਾਨੀ ਨੁਕਸਾਨ? ਨਹੀਂ ਜਾਨੀ ਨੁਕਸਾਨ ਕੋਈ ਨਹੀਂ। ਬਾਈ ਜੀ ਤੁਸੀਂ ਵੀ ਇੱਥੇ ਅੱਜ ਆਏ ਹੋ ਦ੍ਰਿਸ਼ ਦੇਖਣ ਲਈ, ਕੀ ਕਹਿਣਾ ਚਾਹੁੰਦੇ? ਮੈਂ ਤਾਂ ਇਹੀ ਕਹਿਣਾ ਜੀ ਪਰਮਾਤਮਾ ਨੇ ਬਹੁਤ ਵੱਡੀ ਮਿਹਰ ਕੀਤੀ ਆ, ਜਿਹੜੇ ਬੱਚੇ ਸਾਡੇ ਬਚ ਗਏ ਆ। ਆ ਤਰਪਾਲਾਂ ਤਰਪੂਲਾਂ ਦੇ ਵਿੱਚ ਦੀ ਤਾਂ ਛੇਕ ਹੋ ਹੀ ਗਏ ਆ, ਬਹੁਤ ਭਿਆਨਕ ਬਿਜਲੀ ਡਿੱਗੀ ਆ ਜੀ, ਬਹੁਤ ਹੀ ਖੜਕਾ ਹੋਇਆ। ਉੱਥੇ ਵੀ ਸੁਣਿਆ ਜੀ ਖੜਕਾ, ਸਾਡੇ ਦੂਸਰੇ ਪਿੰਡ ਵੀ ਬਹੁਤ ਜ਼ਿਆਦਾ ਨੇ ਬਿਜਲੀ ਡਿੱਗੀ, ਇਹ ਨਹੀਂ ਪਤਾ ਵੀ ਆਪਦੇ ਘਰਾਂ 'ਚ ਡਿੱਗੀ ਹੈ। ਉੱਥੇ ਗੱਲ ਕੀਤੀ, ਬਹੁਤ ਦੁੱਖ ਹੋਇਆ ਜੀ ਸਾਰਿਆਂ ਨੂੰ, ਉਹਨਾਂ ਨੇ ਬਹੁਤ ਮਾੜਾ। ਚਲੋ ਸੱਚੇ ਪਾਤਸ਼ਾਹ ਨੇ ਫਿਰ ਵੀ ਟਾਲਤਾ ਜੀ, ਹੈ ਨਾ, ਜਿਵੇਂ ਕੋਈ ਸੂਲੀ ਬਣਦੀ ਹੈ ਜੀ, ਸੂਲ ਬਣਾਤੀ ਹੈ, ਬੱਚਿਆਂ ਦੀ ਜ਼ਿੰਦਗੀ ਬਚ ਗਈ ਜੀ। ਬਸ 20-25 ਕਰਮਾਂ ਹੀ ਗਏ, ਬਸ ਉਦੋਂ ਹੀ ਨਿੰਮ ਦੇ ਦਰਖਤ 'ਤੇ ਡਿੱਗੀ ਹੈ, 3 ਵਾਰਾਂ ਡਿੱਗੀ ਹੈ ਜੀ। ਇਸ ਟਾਈਮ ਕਣਕ ਦਾ ਸੀਜ਼ਨ ਚੱਲ ਰਿਹਾ ਅਤੇ ਕਿਸਾਨ ਆਪਦੇ ਖੇਤਾਂ ਦੇ ਵਿੱਚ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਸਾਂਭਣ 'ਤੇ ਲੱਗੇ ਹੋਏ ਆ। ਪਰ ਕਿਸਾਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸੱਪਾਂ ਦੀਆਂ ਸਿਰੀਆਂ ਮੇਰੇ 'ਤੇ ਤਾਂ ਹਮੇਸ਼ਾ ਕਸ਼ਟਾਂ ਭਰੀ ਹੈਗੀ ਆ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਬੀਤੇ ਕੱਲ੍ਹ ਜਿਹੜਾ ਹੈਗਾ ਇੱਥੇ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਕਿਸਾਨਾਂ ਦਾ ਵੱਡੇ ਪੱਧਰ ਜਿਹੜਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੈਂ ਬਿਲਕੁਲ ਦਿਖਾ ਦੇਣਾ ਚਾਹੁੰਦਾ, ਇੱਧਰ ਦੇਖ ਸਕਦੇ ਆਪਾਂ ਤਰਪਾਲਾਂ ਦੇ ਨਾਲ ਇੱਥੇ ਕਿਸਾਨ ਜਿਹੜੇ ਕਿ ਸੀ ਆਪਦੀ ਤੂੜੀ ਦੀ ਲਪਾਈ ਕਰ ਰਹੇ ਸੀ। ਉਸ ਲਪਾਈ ਦੇ ਦੌਰਾਨ ਅਸਮਾਨੀ ਬਿਜਲੀ ਬਿਲਕੁਲ ਇੱਕ ਦਰਖਤ ਦੇ ਨਾਲ ਡਿੱਗੀ, ਜਿਹੜੇ ਆਪਾਂ ਪਹਿਲਾਂ ਦੇਖ ਚੁੱਕੇ ਹਾਂ। ਇਸ ਟਾਈਮ ਸਾਡੇ ਨਾਲ ਉਹ ਮੌਜੂਦ ਸ਼ਖਸ ਹੈਗੇ ਆ ਜਿਹੜੇ ਇੱਥੇ ਕੰਮ ਕਰ ਰਹੇ ਸੀ। ਵੀਰ ਜੀ ਤੁਸੀਂ ਇੱਥੇ ਕੰਮ ਕਰ ਰਹੇ ਸੀ, ਕੀ ਦ੍ਰਿਸ਼ ਸੀ ਉਸ ਸਮੇਂ? ਅਸੀਂ ਸੁਬਾਹ ਤਰਪਾਲਾਂ ਦੇ ਇੱਥੇ ਰੱਸੇ ਪਾ ਰਹੇ ਸੀਗੇ ਜੀ, ਉਦੋਂ ਅਚਾਨਕ ਹੀ ਇੱਥੇ ਬਸ ਬਿਜਲੀ ਡਿੱਗੀ ਹੈ, ਅਤੇ ਅਸੀਂ 2 ਮਿੰਟ ਪਹਿਲਾਂ ਇੱਥੋਂ ਗਏ ਹਾਂ, ਥੋੜ੍ਹੀ ਦੂਰੀ ਗਏ ਹਾਂ, ਅਤੇ ਉੱਪਰੋਂ ਬਸ ਇੱਕੋ ਦਮ ਡਿੱਗੀ ਹੈ, ਉਹ ਸਾਰੀ ਦਰਖਤ ਦਾ ਬੁਰਾ ਹਾਲ ਕਰਤਾ। ਬਹੁਤ ਦੂਰ ਤੱਕ ਗਏ, ਉਹਦੇ ਪੱਚਰੇ ਉੱਡ ਕੇ ਬਹੁਤ ਦੂਰ ਤੱਕ ਗਏ, ਸੱਕ ਬਹੁਤ ਦੂਰ ਤੱਕ ਉੱਡਿਆ, ਘੱਟੋ ਘੱਟ ਕਿੱਲੇ ਵਾੜ ਤੱਕ ਗਿਆ ਉਹ ਸੱਕ ਉੱਡ ਕੇ ਜੀ, ਜ਼ਬਰਦਸਤ ਬਿਜਲੀ ਡਿੱਗੀ ਜੀ। ਕਿਉਂਕਿ ਇੰਨਾ ਬਚਾਅ ਆ ਗਿਆ ਵੀ ਅਸੀਂ ਇੱਥੋਂ ਜਾਂਦੇ ਰਹੇ, ਥੋੜ੍ਹਾ 2 ਮਿੰਟ ਪਹਿਲਾਂ ਹੀ ਅਸੀਂ ਤਾਂ ਜਾਂਦੇ ਰਹੇ ਇੱਥੋਂ, ਅਤੇ ਉਹਦੇ ਨਾਲ ਹੀ ਬਿਲਕੁਲ ਇੱਥੇ ਤਰਪਾਲਾਂ ਦੇ ਨਾਲ ਹੀ ਇੱਥੇ ਦਰਖਤ ਆ, ਉਹਦੇ ਉੱਤੇ ਆ ਕੇ ਡਿੱਗ। ਦੇਖੋ ਜਦੋਂ ਪਰਮਾਤਮਾ ਰੱਖਣਾ ਹੁੰਦਾ ਕਿਸੇ ਨੂੰ ਤਾਂ ਹੱਥ ਦੇ ਕੇ ਰੱਖਿਆ ਜਾਂਦਾ ਹੈ, ਇਹ ਗੱਲ ਇੱਥੇ ਸਾਬਤ ਹੁੰਦੀ ਹੈ। ਕਿਸਾਨ ਬਿਲਕੁਲ 2 ਮਿੰਟ ਦਾ ਫਰਕ ਸੀ, ਇੱਥੇ ਕੰਮ ਕਰ ਰਹੇ ਸੀ, ਨਾਲ ਦੇ ਦਰਖਤ 'ਤੇ ਬਿਜਲੀ ਡਿੱਗੀ ਹੈ, ਇੱਥੇ ਵੀ ਡਿੱਗ ਸਕਦੀ ਸੀ। ਇਹ ਉਹ ਜਿਹੜਾ ਇੰਨਾ ਭਿਆਨਕ ਦ੍ਰਿਸ਼ ਹੈਗਾ ਸੀ, ਜਿਹੜੇ ਉਹਦੇ ਦਰਖਤ ਦੇ ਜਿਹੜੇ ਹੈਗੇ ਪਰਖੱਚੇ ਉੱਡ ਗਏ, ਉਹ ਪਰਖੱਚੇ ਉੱਡ ਕੇ ਅਲੱਗ ਅਲੱਗ ਜਿਹੜੇ 1-2 ਕਿਲੋ ਏਕੜ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਖਿਲਰੇ ਵੇ ਦਿਖਾਈ ਦਿੱਤੇ, ਸਾਨੂੰ ਦਿਖਾਏ ਗਏ ਹੈਗੇ। ਕੈਮਰਾ ਪਰਸਨ ਦੇ ਨਾਲ ਮੈਂ ਸਤਪਾਲ ਸਿੰਘ, ਸੱਚ ਕਹੂੰ ਫਿਰੋਜ਼ਪੁਰ। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।